भाइयों बहनों, भारत में सब चंगा सी। हाँ जी, सब तो पहले तो हाथ जोड़ के सारे नु प्यार भरी सत श्री अकाल जी। अज हैगी जी 25 तरीक ते शहीदी दिहाड़े चल रहे ने, ते शहीदां नु सब तो पहला कोट कोट प्रणाम। ते अज हैगी है 25 दिसंबर, आपां कैनेडा दे विच हैगे आ, ते अज गोरियां दा त्यौहार है क्रिसमस, ते गोरियां वास्ते सब तो वड्डा त्यौहार हुंदा। ते आपां अज आए जी चर्च दे विच, ते देखदे आ अंदर की प्रोग्राम चल रहे चर्च दे विच। आओ चलिए। चर्च का नाम है जी मैकवन कैंपस चर्च। Have yourself a merry little Christmas. Let your heart be light. From now on, your troubles will be out of sight. Have yourself a merry little Christmas. Make the हाँ जी, चर्च देख ली जी, आपने प्रोग्राम देख लिया। हूँ आप अगे एक पार्क के चलते हैं, तो देखते उत्थे की रौनक मिलती है आपको। आओ चलिए। लो जी, आप पार्क पहुँच गए जी, ओजिबवे पार्क नेचर सेंटर। आओ देखते हैं की है। जंगल ही है जी सारा, ये देखते हैं अगे की मिलता। आ अपना फेवरेट कुत्ता जी हस्की। आओ देखिए अगे जंगल विच की मिलता। Thank you.
ਆਹ ਦੇਖ ਲਓ ਜੀ, ਛੋਟੀ ਜਿਹੀ ਝੀਲ ਆ ਉਰੇ, ਉਹ ਵੀ ਜੰਮੀ ਹੋਈ ਹੈ ਬਰਫ਼ ਦੇ ਨਾਲ। ਓ ਮਾਈ ਗੋਡ, ਲੋਕੇਸ਼ਨ ਤਾਂ ਅੱਛੀ ਹੈ ਬਟ ਜੰਗਲ ਹੀ ਜੰਗਲ ਹੈ। ਜਿਵੇਂ ਆਪਾਂ ਹੋਲੀਵੁੱਡ ਫਿਲਮਾਂ ਦੇ ਵਿੱਚ ਨਹੀਂ ਦੇਖਦੇ ਹੁੰਦੇ ਸੀਗੇ ਜੀ, ਉੱਦਾਂ ਦਾ ਕੁਛ ਫੀਲ ਜਿਹਾ ਆ ਰਿਹਾ। ਸੁੰਨਸਾਨ ਜਿਹਾ ਇਲਾਕਾ, ਹੋਰਰ ਮੂਵੀ ਚੱਲਦੀ ਆ। ਜੰਗਲ 'ਚ ਗਲਹਿਰੀਆਂ ਬਹੁਤ ਨੇ ਜੀ। ਆਹ ਦੇਖੋ, ਇੱਧਰ ਭੂਰੀ ਵਾਲੀ ਬੈਠੀ ਹੈ, ਇੱਧਰ ਕਾਲੀ ਵਾਲੀ ਬੈਠੀ ਹੈ। ਸਲਾਹਾਂ ਚੱਲਦੀਆਂ ਨੇ ਗਲਹਿਰੀਆਂ ਦੀਆਂ ਆਪਸ 'ਚ। ਆ ਗੋਰੇ ਫੋਟੋਆਂ ਖਿਚਾਉਂਦੇ ਪਏ ਨੇ ਬ੍ਰਿਜ 'ਤੇ। ਇੱਧਰ ਆ ਕੇ ਝੀਲ ਜੀ ਤਾਂ ਸੁੱਕ ਗਈ ਹੈਗੀ ਬਟ ਪਤਝੜ ਜੀ ਹੋਈ ਪਈ ਆ। ਹਾਂਜੀ, ਪਾਰਕਸ ਤਾਂ ਸਿਰਫ ਪੇੜ ਹੀ ਮਿਲੇ ਜੀ, ਹੋਰ ਕੁਛ ਨਹੀਂ ਮਿਲਿਆ। ਅਤੇ ਪਤਝੜ ਬਹੁਤ ਹੋਈ ਪਈ ਆ ਕਿਉਂਕਿ ਇਸ ਟਾਈਮ ਬਰਫ਼ ਪੈਣ ਵਾਲੀ ਹੈ ਅਤੇ ਠੰਡ ਬਹੁਤ ਜ਼ਿਆਦਾ ਇਸ ਟਾਈਮ, ਮਾਈਨਸ ਦੇ ਵਿੱਚ ਟੈਂਪਰੇਚਰ ਹੈ। ਅਤੇ ਮੇ ਬੀ ਆਪਣਾ ਨੈਕਸਟ ਵੀਕ ਤੱਕ ਜਾਂ ਨੈਕਸਟ ਨਿਊ ਈਅਰ 'ਤੇ ਪੈ ਜਾਣੀ ਹੈ ਜੀ ਬਰਫ਼। ਚਿੜੀਆਂ ਉੜਦੀਆਂ ਨੇ, ਚਿੜੀਆਂ ਔਰ ਗਲਹਿਰੀਆਂ ਹੀ ਨਜ਼ਰ ਆ ਰਹੀਆਂ ਸਾਰੇ ਜੰਗਲ ਦੇ ਵਿੱਚ। ਲੋਕੀ ਦਾਣਾ ਪਾਈ ਜਾਂਦੇ ਆ, ਇਹ ਖਾਈ ਜਾਂਦੀਆਂ। ਰਸਤਾ ਵੀ ਥੋੜ੍ਹਾ ਜਿਹਾ ਸਲਿਪਰੀ ਹੈ ਜੀ ਕਿਉਂਕਿ ਕੱਲ੍ਹ ਰਾਤ ਦੀ ਬਹੁਤ ਜ਼ਿਆਦਾ ਧੁੰਦ ਪੈ ਰਹੀ ਸੀ ਅਤੇ ਓਸ ਬਹੁਤ ਗਿਰੀ ਸੀ, ਤਾਂ ਕਰਕੇ ਸਾਰਾ ਰਸਤਾ ਸਲਿਪਰੀ ਹੋਇਆ ਪਿਆ। ਜੰਗਲ ਮੈਂ ਪਾਰਕ 'ਚ ਹੁਣੀ ਇੱਕ ਗੋਰਾ ਟੱਕਰਿਆ ਜੀ, ਉਹ ਕਹਿੰਦਾ ਵੀ ਹੀਰਨ ਵੀ ਹੈਗੇ ਨੇ ਜੰਗਲ ਦੇ ਵਿੱਚ, ਅਤੇ ਆਓ ਲੱਭਦੇ ਹਾਂ ਜੀ, ਦੇਖਦੇ ਹਾਂ ਕਿੱਥੇ ਜੇ ਹੀਰਨ ਮਿਲ ਜਾਏ ਆਪਾਂ ਨੂੰ। ਸਾਰੀ ਲੇਕ ਜੰਮੀ ਹੋਈ ਹੈ ਜੀ, ਦੇਖੋ। ਹੀਰਨ ਤਾਂ ਲੱਭਿਆ ਨਹੀਂ ਹਾਲੇ ਤੱਕ, ਥੋੜ੍ਹੀ ਜਿਹੀ ਅੱਗੇ ਜਾ ਕੇ ਦੇਖਦੇ ਹਾਂ, ਲੱਭ ਗਿਆ ਤਾਂ ਠੀਕ ਹੈ, ਨਹੀਂ ਤਾਂ ਫਿਰ ਆਪਾਂ ਅਗਲੀ ਲੋਕੇਸ਼ਨ 'ਤੇ ਚੱਲਦੇ ਹਾਂ। ਇੱਧਰਲੀ ਸਾਈਡ ਦੇਖਦੇ ਹਾਂ ਜੀ ਜੇ ਮਿਲਿਆ ਕੁਛ। ਓਲਡ ਗਰੋਥ ਫੋਰੈਸਟ, ਬਹੁਤ ਸੋਹਣੀ ਲੋਕੇਸ਼ਨ ਹੈ ਜੀ। ਵਾਲਪੇਪਰਾਂ 'ਤੇ ਦੇਖਦੇ ਹੁੰਦੇ ਸੀ ਪਹਿਲਾਂ ਛੋਟੇ ਹੁੰਦੇ ਹਾਂ, ਬਟ ਨਾਓ ਇਟਸ ਰਿਐਲਿਟੀ। ਹਾਂਜੀ, ਹੀਰਨ ਤਾਂ ਮਿਲਿਆ ਨੇ ਜੀ, ਅਤੇ ਆਪਾਂ ਹੁਣ ਚੱਲਦੇ ਹਾਂ ਅਗਲੀ ਲੋਕੇਸ਼ਨ 'ਤੇ। ਹੀਰਨ ਤਾਂ ਨਹੀਂ ਮਿਲਿਆ ਕਿਉਂਕਿ ਜਿਹੜੇ ਇੱਥੇ ਦੇ ਸਿਟੀਜ਼ਨ ਨੇ ਹੈ ਨਾ, ਉਹ ਸ਼ਾਮ ਦੇ ਨੂੰ ਆਪਣੇ ਕੁੱਤੇ ਵਗੈਰਾ ਲੈ ਕੇ ਆਏ ਨੇ, ਫਿਰ ਉਹਨਾਂ ਦੇ ਜਿਹੜੇ ਉਹ ਬਾਗ ਕਰਦੇ ਨੇ, ਭੌਂਕਦੇ ਨੇ, ਅਤੇ ਉਹਦੇ ਕਰਕੇ ਫਿਰ ਉਹ ਡਰ ਜਾਏ ਨੇ। ਨਾਲੇ ਸ਼ਾਮ ਦਾ ਟਾਈਮ ਹੋ ਚੁੱਕਿਆ, ਇਸ ਟਾਈਮ 5 ਵਜੇ ਲੱਗੇ ਆ ਅਤੇ ਸਨਡਾਊਨ ਦਾ ਟਾਈਮ ਹੈ, ਅਤੇ ਉਹ ਫਿਰ ਆਪਣੇ ਘਰਾਂ ਨੂੰ ਚਲੇ ਜਾਂਦੇ ਅੰਦਰ ਨੂੰ ਜੰਗਲ ਦੇ। ਅਤੇ ਮਿਲਦੇ ਜੀ ਫਿਰ ਆਪਾਂ ਅਗਲੀ ਲੋਕੇਸ਼ਨ 'ਤੇ। ਬਰਫ਼ ਦੇ ਉੱਤੇ ਤੁਰਦੇ ਪਏ ਗੋਰਿਆਂ ਦੇ ਜਵਾਕ, ਖੇਡਦੇ ਪਏ ਨੇ। ਆਹ ਦੇਖ ਲਓ ਜੀ, ਪੌਂਡ ਦਾ ਕੀ ਹਾਲ ਹੋਇਆ ਪਿਆ, ਸਾਰੀ ਦੀ ਸਾਰੀ ਜੰਮੀ ਹੋਈ ਹੈ। ਸਾਰੀ ਜੰਮੀ ਹੋਈ ਹੈ। ਹਾਂਜੀ, ਆਪਾਂ ਪਹੁੰਚ ਗਏ ਜੀ ਆਪਣੀ ਤੀਜੀ ਲੋਕੇਸ਼ਨ 'ਤੇ, ਅਤੇ ਇਹ ਹੈਗੀ ਆਪਾਂ ਹੁਣ ਆਏ ਹਾਂ ਲੇਕ ਸ਼ੋਰ 'ਤੇ। ਅਤੇ ਆਓ ਤੁਹਾਨੂੰ ਦਿਖਾਈ ਜਾਂਦੇ ਨਜ਼ਾਰਾ ਲੇਕ ਸ਼ੋਰ ਦਾ। ਆਹ ਦੇਖ ਲਓ ਜੀ, ਸਾਰੀ ਰਿਵਰ ਹੈ ਇਹ, ਇੱਧਰ ਝੀਲ ਆ, ਸਭ ਆਲਮੋਸਟ
ਜੰਮੀ ਹੋਈ ਆ, ਨਾਲ ਬੀਚ ਵੀ ਹੈਗਾ। ਸਾਰੀ ਜੰਮੀ ਹੋਈ ਹੈ ਜੀ। ਤੁਸੀਂ ਸਮਾਨ ਸਮੂਨ ਕੋਈ ਲੈਣਾ, ਬੀਚਰੀ ਕੋਈ ਅਸੈਸਰੀ, ਪਿੱਛੇ ਰਿਸੋਰਟ ਵੀ ਹੈਗਾ ਜੀ। ਨਿੱਕਾ ਜਿਹਾ ਬੀਚ ਹੈ ਜੀ, ਉਹ ਲੇਕ ਵੱਲ ਚਲੀਏ। ਦੂਜੇ ਪਾਸੇ ਪਾਰਕ ਹੈ ਜੀ ਇੱਕ, ਆਪਾਂ ਉੱਧਰ ਚੱਲਦੇ ਹੁਣ ਦੇਖਦੇ ਹਾਂ। ਨਾਲ ਹੀ ਰੇਲ ਦੀ ਲਾਈਨ ਹੈ, ਸਾਰੀ ਦੇਖ ਲਓ ਜੰਮੀ ਹੋਈ ਆ, ਬਰਫ਼ ਬਣੀ ਹੋਈ ਹੈ ਪੂਰੀ, ਇੰਨੀ ਠੰਡ ਹੈ। ਬਹੁਤ ਸੋਹਣੀ ਲੋਕੇਸ਼ਨ ਹੈ ਜੀ। ਬੀਚ ਦੇ ਨਾਲ ਹੀ ਪਾਰਕ ਹੈ ਜੀ, ਆਓ ਇੱਧਰ ਦੇਖਦੇ ਹਾਂ ਕੀ ਹੈ। ਬੱਚਿਆਂ ਦੇ ਝੂਲੇ ਝਾਲੇ ਲੱਗੇ ਜੀ, ਇੱਧਰ ਗੋਰੇ ਬਾਸਕਿਟਬਾਲ ਖੇਡਦੇ ਜੀ। ਅੱਛਾ, ਵਾਕਾਂ ਵਾਸਤੇ ਝੂਲੇ ਲੱਗੇ ਜੀ। ਸਾਰੀ ਲੇਕ ਜੰਮੀ ਹੋਈ ਹੈ ਜੀ, ਆਹ ਦੇਖ ਲਓ ਸ਼ਿਪ 'ਤੇ ਹੀ ਖੜ੍ਹਾ ਜੀ, ਕਰੇਨ ਖੜ੍ਹਾਈ ਹੋਈ ਆ, ਨਾਲ ਹੀ ਪਿੱਛੇ ਘਰ ਆ ਇੱਕ। ਇੱਥੇ ਜਹਾਜ਼ ਵਗੈਰਾ ਪਾਰਕ ਹੁੰਦੇ ਨੇ ਜੀ, ਜਿਵੇਂ ਆਪਾਂ ਕਹਿ ਦਿੰਦੇ ਇੱਕ ਬੰਦਰਗਾਹ ਜੀ ਟੈਪ। ਇਹਨਾਂ ਨੇ ਆਪਣੀ ਇੱਕ ਅਲੱਗ ਹੀ ਬਣਾਈ ਹੋਈ ਆ ਸੈਪਰੇਟ ਜਗ੍ਹਾ ਜਹਾਜ਼ ਪਾਰਕਿੰਗ ਕਰਨ ਵਾਸਤੇ।
ਜੀ ਆਪਾਂ ਪਹੁੰਚ ਗਏ ਜੀ ਅਗਲੀ ਲੋਕੇਸ਼ਨ 'ਤੇ ਅਤੇ ਆਪਾਂ ਆਏ ਜੀ ਹੁਣ ਡੈਵਨਸ਼ਾਇਰ ਮੌਲ ਅਤੇ ਦੇਖਦੇ ਹਾਂ ਅੱਜ ਕ੍ਰਿਸਮਸ 'ਤੇ ਕੀ ਡਿਸਕਾਊਂਟ ਵਗੈਰਾ ਮਿਲਦਾ। ਰਸ਼ ਬਹੁਤ ਹੈ ਜੀ ਅੱਜ, ਬਾਹਲਾ ਰਸ਼ ਹੈ ਜੀ ਅੱਜ ਉਰੇ। ਜੀ ਕੱਲ੍ਹ ਹੈਗਾ ਜੀ ਬੋਕਸਿੰਗ ਡੇ ਅਤੇ ਅੱਜ ਫਿਰ ਇਸ ਕਰਕੇ ਅੱਜ ਕ੍ਰਿਸਮਸ ਵੀ ਹੈ ਅਤੇ ਰਸ਼ ਬਹੁਤ ਜ਼ਿਆਦਾ ਹੋਇਆ ਪਿਆ ਮੌਲ ਦੇ ਵਿੱਚ, ਅਤੇ ਆਓ ਚੱਲਦੇ ਹਾਂ ਦੇਖਦੇ ਹਾਂ ਕਿ ਕੀ ਮਿਲਦਾ ਆਪਾਂ ਨੂੰ, ਸ਼ੋਪਿੰਗ ਆਪਾਂ ਕਰਦੇ ਹਾਂ ਅੱਜ। ਬਹੁਤ ਹੀ ਜ਼ਿਆਦਾ ਰਸ਼ ਆ ਜੀ ਅੱਜ, ਲਾਈਟਿੰਗ ਲੂਟਿੰਗ ਪੂਰੀ ਹੋਈ ਪਈ ਆ ਕ੍ਰਿਸਮਸ ਕਰਕੇ। ਹਾਂਜੀ ਸ਼ੋਪਿੰਗ ਆਪਾਂ ਕਰ ਲਈ ਜੀ ਅਤੇ ਹੁਣ ਆਪਾਂ ਚੱਲੇ ਜੀ ਘਰੇ, ਫਿਰ ਉਸ ਤੋਂ ਬਾਅਦ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਲਾਸਟ ਲੋਕੇਸ਼ਨ 'ਤੇ ਅੱਜ ਦੀ। ਹਾਂਜੀ ਇਹ ਆਪਣੀ ਅੱਜ ਦੀ ਲਾਸਟ ਲੋਕੇਸ਼ਨ ਹੈ ਜੀ ਅਤੇ ਇਹ ਹੈਗਾ ਜੀ ਜੈਕਸਨ ਪਾਰਕ ਅਤੇ ਕ੍ਰਿਸਮਸ ਕਰਕੇ ਸਜਿਆ ਹੋਇਆ ਬਹੁਤ ਜ਼ਿਆਦਾ ਅਤੇ ਆਓ ਤੁਹਾਨੂੰ ਦਿਖਾਈਏ ਪਾਰਕ ਪੂਰਾ। ਆਓ ਜੀ ਕਰੀਏ ਐਂਟਰ ਪਾਰਕ ਦੇ ਅੰਦਰ। Thank you.
ਪੇੜ ਨਾਲ ਗੱਲਾਂ ਕਰ ਰਹੇ ਜੀ, ਦੇਖੋ ਸਿੰਗਿੰਗ ਟ੍ਰੀ ਦੇ ਨਾਲ। ਆ ਪੇੜ ਇੱਦਾਂ ਬੋਲਦਾ ਜੀ, ਦੇਖੋ ਆਪਣੀ ਲਾਈਟਿੰਗ ਨਾਲ। ਹਾਂਜੀ, ਆਪਾਂ ਹੁਣ ਘਰ ਪਹੁੰਚ ਗਏ ਜੀ ਆਪਣੇ, ਅਤੇ ਅੱਜ ਦਾ ਵਲੋਗ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਅਤੇ ਕ੍ਰਿਸਮਸ ਦੀਆਂ ਮੁਬਾਰਕਾਂ ਗੋਰਿਆਂ ਨੂੰ, ਅਤੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਫਤਿਹਗੜ੍ਹ ਸਾਹਿਬ ਜਾਓ, ਆਪਣਾ ਮੱਥਾ ਟੇਕੋ ਜੀ। ਆਪਾਂ ਤਾਂ ਐਤਕੀ ਮਿਸ ਕਰ ਦਿਆਂਗੇ, ਕਿਉਂਕਿ ਹਰ ਸਾਲ ਆਪਾਂ ਜਾਂਦੇ ਹੁੰਦੇ ਸੀ, ਬਟ ਇਸ ਵਾਰ ਮਿਸ ਹੋ ਜਾਏਗਾ, ਇਸ ਵਾਰ ਆਪਾਂ ਇੱਧਰ ਹਾਂ। ਅਤੇ ਵੀਡੀਓਜ਼ ਨੂੰ ਇੱਦਾਂ ਹੀ ਪਿਆਰ ਦਿੰਦੇ ਰਹੋ ਜੀ, ਅਤੇ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ, ਐਂਡ ਸਬਸਕ੍ਰਾਈਬ ਦਾ ਬਟਨ ਜ਼ਰੂਰ ਸਬਸਕ੍ਰਾਈਬ ਕਰ ਲਿਓ, ਅਤੇ ਬੈੱਲ ਦਾ ਆਈਕਨ ਜ਼ਰੂਰ ਦਬਾ ਲਿਓ, ਤਾਂ ਕਿ ਵੀਡੀਓਜ਼ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕਣ। ਥੈਂਕ ਯੂ ਸੋ ਮੱਚ।